15 April. ਹਾਂਜੀ 40 ਕਿਲੋ ਘਟਿਆ ਭਾਰ ਤੁਹਾਡਾ ਜੀ? ਹਾਂਜੀ April ਤੋਂ ਲੈ ਕੇ ਜੁਲਾਈ ਉਹਨਾਂ ਇੱਕ ਸਾਲ ਤੇ 7 ਮਹੀਨੇ ਹੋ ਗਏ ਨਾ ਨਾ ਸੌਰੀ 3 ਮਹੀਨੇ ਹੋ ਗਏ ਦੋ ਰੋਟੀਆਂ ਆਰਾਮ ਨਾਲ ਖਾ ਲੈਣੇ ਦੋ ਤਿੰਨ ਤਿੰਨ ਵੀ ਖਾ ਜੇ ਆਰਾਮ ਨਾਲ ਖਾਣੇ ਵਿੱਚ ਤਿੰਨ ਵੀ ਖਾ ਦੇਣੇ ਜੀ ਜੇ ਹੌਲੀ ਹੌਲੀ ਖਾਓ ਟਾਈਮ ਲਾ ਕੇ ਹਾਂਜੀ ਹਾਂਜੀ ਜੇ ਜਲਦੀ ਜਲਦੀ ਖਾਣੇ ਫਿਰ ਦੋ ਨਾਲ ਟਾਈਟ ਹੋ ਜਾਂਦਾ ਤੇ ਨਾਲ ਕੁਝ ਦਹੀਂ ਸਬਜ਼ੀ ਉਹ ਵੀ ਨਾਲ ਖਾ ਲੈਣੇ ਬਿਲਕੁਲ ਤੇ ਹੋਰ ਕੋਈ ਚਿਕਨ ਵਗੈਰਾ ਵੀ ਖਾ ਲੈਣੇ ਉਹ ਵੀ ਖਾ ਲੈਣੇ ਗੁੱਡ ਮਤਲਬ ਖਾਣ ਪੀਣ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੇ ਇਕੱਠੇ ਬੈਠ ਕੇ ਖਾਣੇ ਕੋਈ ਦੱਸ ਨਹੀਂ ਸਕਦਾ ਵੀ ਤੁਹਾਡਾ ਆਪਰੇਸ਼ਨ ਹੋਇਆ ਨਹੀਂ ਨਹੀਂ ਕੋਈ ਜੀ ਕੱਚਾ ਉਲਟੀ ਵਗੈਰਾ ਦੀ ਕੋਈ ਫੀਲਿੰਗ ਤਾਂ ਨਹੀਂ ਕੋਈ ਦਿੱਕਤ ਨਹੀਂ ਠੀਕ ਆ ਤੇ ਚਿਕਨ ਖਾਣੇ ਚਿਕਨ ਖਾਣਾ ਜੀ ਕਿੰਨਾ ਹਫਤੇ 'ਚ ਦੋ ਵਾਰ ਜਾਂ ਦੋ ਤਿੰਨ ਵਾਰ ਖਾ ਲੈਣਾ ਠੀਕ ਆ ਕਿਵੇਂ ਹੁਣ ਤੁਹਾਨੂੰ ਲੱਗਦਾ 40 ਕਿਲੋ ਭਾਰ ਘਟਣ ਨਾਲ ਬਹੁਤ ਐਨਰਜੀ ਲੈਵਲ ਫਿਟਨੈਸ ਕਿਵੇਂ ਪਹਿਲਾਂ ਨਾਲ ਬਹੁਤ ਵਧੀਆ ਅੱਛਾ ਪਹਿਲਾਂ ਕਿੰਨਾ ਤੁਰਦੇ ਫਿਰਦੇ ਸੀ ਪਹਿਲਾਂ ਵੀ ਇੰਨਾ ਤਾਂ ਤੁਰਦਾ ਤਾਂ ਹੁਣ ਵੀ ਬਹੁਤਾ ਨਹੀਂ ਹੈ ਅੱਛਾ ਪਰ ਉਦਾਂ ਖੇਤੀ ਦਾ ਕੰਮ ਤਾਂ ਕਰਦੇ ਹੀ ਇਹਨਾਂ ਨਹੀਂ ਖੇਤੀ ਦਾ ਕੋਈ ਜ਼ੋਰ ਵਾਲਾ ਕੰਮ ਵੀ ਕਰਦੇ ਹੋ ਨਹੀਂ ਆਮ ਜਿਵੇਂ ਟਰੈਕਟਰ ਟੂਟਰ ਚਲਾ ਲਿਆ ਜਾਂ ਹੋਰ ਕੋਈ ਕੰਮ ਇਹਨਾਂ ਨੂੰ ਪ੍ਰੋਬਲਮ ਕੋਈ ਨਹੀਂ ਹੈਗੀ ਤੁਸੀਂ ਕੋਈ ਨਾ ਜ਼ੋਰ ਵਾਲਾ ਕੰਮ ਕਰਿਆ ਕਰੋ ਠੀਕ ਹੈ ਜਿਹਦੇ ਨਾਲ ਪਸੀਨਾ ਆਵੇ ਠੀਕ ਹੈ ਅੱਧਾ ਘੰਟਾ ਦਾ ਮਤਲਬ ਲਾਉਣਾ ਨਾ ਬਾਡੀ ਦੀ ਸਰਵਿਸਿੰਗ ਦੀ ਲੋੜ ਹੈ ਠੀਕ ਹੈ